ट्रकां तों अगे निकलना। की तुहानू पता है कि वड्डे ट्रकां अते बसां दा वजन 10,000 तों 80,000 पौंड यानी 4,500 तों 36,000 किलोग्राम हो सकता है। साधारण कारां दा वजन 3,000 तों 4,000 पौंड यानी 1,360 तों 1,800 किलोग्राम हुंदा है। इस दा अंदाजा इस गल तों लगाओ कि एक हिप्पोपोटामस दा वजन तकरीबन एक कार दे बराबर यानी 3,000 पौंड हुंदा है। लदे हुए ट्रक दा वजन 80,000 पौंड हुंदा है, जो तकरीबन स्पर्म वेल मच्छी दे बराबर हुंदा है, यानी ओ कार नालों 20 गुणा ज्यादा भारी हुंदा है। ਅਤੇ ਇਸ ਵਜਨ ਦਾ ਅਸਰ ਉਹਨਾਂ ਦੀ ਪੈਂਤਰੇਬਾਜ਼ੀ ਕਰਨ ਅਤੇ ਰੁਕਣ ਦੀ ਯੋਗਤਾ ਤੇ ਉੱਪਰ ਪੈਂਦਾ ਹੈ। ਕਾਰ ਦੇ ਮੁਕਾਬਲੇ ਟਰੱਕ ਨੂੰ ਰੁਕਣ ਲਈ ਬਹੁਤ ਜ਼ਿਆਦਾ ਥਾਂ ਦੀ ਲੋੜ ਹੁੰਦੀ ਹੈ। ਇਸ ਕਰਕੇ ਟਰੱਕ ਡਰਾਈਵਰਾਂ ਨੂੰ ਹਮੇਸ਼ਾ ਇਹ ਸਿਖਾਇਆ ਜਾਂਦਾ ਹੈ ਕਿ ਉਹ ਆਪਣੇ ਅੱਗੇ ਵਾਲੀ ਗੱਡੀ ਤੋਂ ਘੱਟੋ ਘੱਟ 5 ਸਕਿੰਟ ਦੀ ਦੂਰੀ ਬਣਾ ਕੇ ਰੱਖਣ। ਜ਼ਰਾ ਸੋਚੋ, ਹਾਈਵੇ ਤੇ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੇ ਟਰੱਕ ਨੂੰ ਰੁਕਣ ਦੇ ਲਈ ਇੱਕ ਫੁੱਟਬਾਲ ਦੇ ਮੈਦਾਨ ਦੀ ਲੰਬਾਈ ਜਾਂ ਵੱਧ ਦੀ ਲੋੜ ਹੁੰਦੀ ਹੈ। ਇਸ ਹਾਲਤ ਵਿੱਚ ਕਾਰਾਂ ਕਿਵੇਂ ਮਦਦ ਕਰ ਸਕਦੀਆਂ ਹਨ? ਟਰੱਕ ਦੇ ਅੱਗੇ ਲੇਨ ਬਦਲਣ ਦੇ ਸਮੇਂ ਯਕੀਨੀ ਬਣਾਓ ਕਿ ਤੁਹਾਡੀ ਦੂਰੀ ਬਣੀ ਰਹੇ ਅਤੇ ਕਾਫ਼ੀ ਥਾਂ ਖਾਲੀ ਹੋਵੇ। ਟਰੱਕ ਦੇ ਅੱਗੇ ਆਉਣ ਤੋਂ ਪਹਿਲਾਂ ਤੁਹਾਡੇ ਰੇਅਰ ਵਿਊ ਮਿਰਰ ਵਿੱਚ ਤੁਹਾਨੂੰ ਟਰੱਕ ਦੀਆਂ ਦੋਨੋਂ ਹੈੱਡਲਾਈਟਾਂ ਨਜ਼ਰ ਆਉਣੀਆਂ ਚਾਹੀਦੀਆਂ ਹਨ। ਹਾਈਵੇ ਤੇ ਕਿਸੇ ਵੀ ਸਮੇਂ ਰੁਕਣਾ ਪੈ ਸਕਦਾ ਹੈ। ਟਰੱਕਾਂ ਨੂੰ ਓਵਰਟੇਕ ਕਰਕੇ ਉਹਨਾਂ ਦੇ ਅੱਗੇ ਆਉਣਾ ਬਹੁਤ ਖਤਰਨਾਕ ਹੋ ਸਕਦਾ ਹੈ, ਕਿਉਂਕਿ ਹੋ ਸਕਦਾ ਹੈ ਕਿ ਉਹ ਟੱਕਰ ਹੋਣ ਨੂੰ ਨਾ ਰੋਕ ਸਕਣ, ਅਤੇ ਟਰੱਕ ਨਾਲ ਟੱਕਰ ਦਾ ਮਤਲਬ ਹੈ ਵੇਲ ਮੱਛੀ ਨਾਲ ਟੱਕਰ। ਪਿੱਛੇ ਆ ਰਹੇ ਟਰੱਕ ਤੋਂ ਲੋੜੀਂਦੀ ਦੂਰੀ ਬਣਾ ਕੇ ਨਾ ਰੱਖਣ ਨਾਲ ਤੁਸੀਂ ਖੁਦ ਨੂੰ ਅਤੇ ਦੂਜੇ ਡਰਾਈਵਰਾਂ ਨੂੰ ਖਤਰੇ ਵਿੱਚ ਪਾਉਂਦੇ ਹੋ। ਤੁਹਾਡੇ ਤੇ ਅਸੁਰੱਖਿਅਤ ਲੇਨ ਤਬਦੀਲੀ ਅਤੇ ਲਾਪਰਵਾਹ ਡਰਾਈਵਿੰਗ ਦਾ, ਬਲਕਿ ਖਤਰਨਾਕ ਡਰਾਈਵਿੰਗ ਦਾ ਵੀ ਦੋਸ਼ ਲਾਇਆ ਜਾ ਸਕਦਾ ਹੈ, ਕਿਉਂਕਿ ਤੁਸੀਂ ਦੂਜੀ ਗੱਡੀ ਦੇ ਅੱਗੇ ਬਹੁਤ ਨੇੜੇ ਆਉਂਦੇ ਹੋ। ਸਾਡੇ ਟਰੱਕ ਡਰਾਈਵਰਾਂ ਦੀ ਮਦਦ ਕਰੋ ਅਤੇ ਸੜਕਾਂ ਨੂੰ ਸੁਰੱਖਿਅਤ ਰੱਖੋ।